ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਕਣਕ ਐਮ ਜਿਸੀ ਆਲੇ ਹੰਦੀ, ਚੱਲੀ ਨਾ ਜਾਵੇ ਮੜਕੀ ਐਮ ਜਿਸੀ ਆਲੇ ਹੰਦੀ, ਚੱਲੀ ਨਾ ਜਾਵੇ ਮੜਕੀ ਐਮ ਜਿਸੀ ਆਲੇ ਹੰਦੀ। ਜਿੱਥੇ ਜੋਬਨ ਰੁੱਤਦਾ ਕੱਟ ਕੇ ਗਏ ਆ ਇੱਕ ਅਰਸਾ ਤੇ ਜ਼ਮਾਨਾ, ਜਿੱਥੇ ਪੈਰ ਪਾਉਂਦਿਆਂ ਬਦਲ ਗਿਆ ਸੀ ਸਾਡਾ ਹਾਏ ਨਜ਼ਰਾਨਾ, ਜਿਹਨੇ ਆਮ ਜਿਹੇ ਸਟੂਡੈਂਟ ਤੋਂ ਮੈਨੂੰ ਬਣਾਇਆ ਸੀ ਦੀਵਾਨਾ, ਚਾਰ ਕੁ ਦਿਨ ਦੇ ਵਕਫੇ ਨੂੰ ਉਹ ਹੋ ਜਾਣਾ ਉਹ ਕਾਲਜ ਬੇਗਾਨਾ, ਚਾਰ ਕੁ ਦਿਨ ਦੇ ਵਕਫੇ ਨੂੰ ਹੋ ਜਾਣਾ ਉਹ ਕਾਲਜ ਬੇਗਾਨਾ। ਜੇਕਰ 3 ਸਾਲਾਂ ਦੇ ਇਸ ਜਰਨੀ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਤੁਸੀਂ ਕੀ ਕਹਿੰਦੇ? ਮੈਂ ਤਾਂ ਇਸ ਚੀਜ਼ ਨੂੰ ਤਜਰਬਿਆਂ ਭਰਪੂਰ ਕਹਿ ਸਕਦੇ ਹਾਂ ਆਪਾਂ। ਇਹ 5 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਇਸ ਕਾਲਜ ਦਾ, ਇੱਥੇ ਪੜ੍ਹਾਈ ਕਰਨ ਦਾ ਤੁਹਾਡਾ ਕਿਵੇਂ ਦਾ ਰਿਹਾ? ਇੱਥੋਂ ਜੀ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਜੀ। ਹਜੇ ਮੇਰੀ ਐਮ ਏ ਚੱਲ ਰਹੀ ਹੈ ਅਤੇ ਮੈਨੂੰ ਚੰਗੀਆਂ ਜੋਬ ਦੀਆਂ ਓਪਰਚੁਨਿਟੀਆਂ ਹਜੇ ਵੀ ਆ ਰਹੀਆਂ ਨੇ। ਜਰਨਲਿਜ਼ਮ ਡਿਪਾਰਟਮੈਂਟ ਲਈ ਇੱਕ ਗੱਲ ਕਹਿਣੀ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਵੀ ਕਾਲਜ ਦੇ ਵਿੱਚ ਸਾਰੇ ਤੋਂ ਜ਼ਿਆਦਾ ਸਪੋਰਟਿਵ ਟੀਚਰ ਡਿਪਾਰਟਮੈਂਟ, ਵੀ ਥਿਊਰੀ ਨਾਲੋਂ ਪ੍ਰੈਕਟੀਕਲ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ ਜੀ, ਬਿਲਕੁਲ, ਜੋ ਕਿ ਅੱਗੇ ਆਪਾਂ ਨੂੰ ਫੀਲਡ 'ਚ ਕੰਮ ਆਉਂਦਾ। 3 ਸਾਲਾਂ ਦੇ ਸਫ਼ਰ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਕੀ ਕਹੋਗੇ ਤੁਸੀਂ? ਸਾਡੇ ਲਈ ਤਾਂ ਜੰਨਤ ਹੈ ਜੀ। ਜਿਹਨਾਂ ਦੇ ਕਹਿ ਦੇ ਆਪਣਾ ਦੂਜਾ ਘਰ ਕਹਿ ਸਕਦੇ, ਕਿਉਂਕਿ ਆਪਾਂ ਮੋਸਟਲੀ ਟਾਈਮ ਆਪਾਂ ਉਰੇ ਬਤੀਤ ਕਰਦੇ ਹਾਂ ਨਾ ਆਪਣਾ ਜੀ। ਹਵਾ ਵਾਂਗੂ ਲੰਘ ਜਾਣਾ ਹੈ ਯਾਦਾਂ ਦੀ ਬਹਾਰ ਨੇ, ਕਾਲਜ ਦੀ ਜ਼ਿੰਦਗੀ ਦੇ ਰਹਿ ਗਏ 3-4 ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਮਾਤਾ ਗੁਜਰੀ ਕਾਲਜ ਦਾ ਯੂਟਿਊਬ ਚੈਨਲ ਅਤੇ ਮੈਂ ਹਰੀਤ ਤੁਹਾਡਾ ਇਸਤਕਬਾਲ ਕਰਦੀ ਹਾਂ। ਸੋ ਇਸ ਵਾਰ ਫਿਰ ਮੌਜੂਦ ਹਾਂ ਇੱਕ ਨਵੀਂ ਵੀਡੀਓ ਨਾਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੈਸ਼ਨ ਦੇ 2023-24 ਦਾ ਐਂਡ ਹੋਣ ਜਾ ਰਿਹਾ। ਸੋ ਜਿਹੜੇ ਵੀ ਸਟੂਡੈਂਟਸ ਨੇ ਜਿਨ੍ਹਾਂ ਦਾ ਇਸ ਕਾਲਜ ਦੇ ਵਿੱਚ ਲਾਸਟ ਈਅਰ ਹੈ, ਸੋ ਉਹਨਾਂ ਦਾ ਇਸ ਕਾਲਜ ਦੇ ਵਿੱਚ 3 ਸਾਲਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਜਾਣਨ ਜਾ ਰਹੇ ਹਾਂ ਅਸੀਂ। ਸੋ ਆਓ ਚੱਲੀਏ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਪਰਮਪ੍ਰੀਤ ਸਿੰਘ ਨਾਮ ਹੈ। ਪਰਮਪ੍ਰੀਤ ਸਿੰਘ, ਪਰਮ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਉੱਤੇ? ਮੈਂ ਬੀ ਓਨ ਆਫ ਸੋਸ਼ਲ ਸਾਇੰਸ ਫਾਈਨਲ ਈਅਰ ਦਾ ਸਟੂਡੈਂਟ ਹਾਂ। ਓਕੇ ਜੀ, ਫਾਈਨਲ ਈਅਰ। ਤਾਂ ਇਸ ਜਿਹੜਾ ਫਾਈਨਲ ਈਅਰ ਤੁਹਾਡਾ ਹੈਗਾ, ਤੇ ਕਿਵੇਂ ਰਹੇ 3 ਸਾਲਾਂ ਦੀ ਜਰਨੀ, ਕਿਵੇਂ ਦੀ ਰਹੀ ਇਸ ਮਾਤਾ ਗੁਜਰੀ ਕਾਲਜ ਦੇ ਵਿੱਚ? ਬਹੁਤ ਵਧੀਆ ਰਹੀ ਜੀ, ਤਜਰਬਿਆਂ ਦੇ ਨਾਲ ਭਰਪੂਰ ਰਹੀ। ਨਿੱਤ ਜਿਵੇਂ ਕਹਿ ਦੀ ਆਪਾਂ, ਨਵੀਆਂ ਨਵੀਆਂ ਯਾਦਾਂ ਬਣੀਆਂ ਇੱਥੇ, ਨਵੀਆਂ ਨਵੀਆਂ ਯਾਦਾਂ ਦੇ ਬੱਦਲ ਉਸਾਰੇ ਗਏ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਕਲਾਸਾਂ ਦੇ ਵਿੱਚ ਵੀ ਯਾਦਾਂ ਬਣੀਆਂ, ਅਤੇ ਅੱਗੇ ਦੁਨੀਆਦਾਰੀ ਦੇਖਣ ਦੇ ਵਧੀਆ ਢੰਗ ਮਿਲੇ, ਕਿਤਾਬਾਂ ਦੇ ਨਾਲ ਕੁਛ ਇਹੋ ਜਿਹਾ ਗਿਆਨ ਜਿਹੜਾ ਆਪਾਂ ਨੂੰ ਕਿਤਾਬਾਂ ਦੇ ਵਿੱਚ ਵੀ ਮਿਲਦਾ, ਉਹ ਵੀ ਇੱਥੇ ਕਾਲਜ ਦੀ ਧਰਤੀ ਤੋਂ ਮਿਲਿਆ 3 ਸਾਲਾਂ ਦੌਰਾਨ। ਬਿਲਕੁਲ, ਤੁਹਾਨੂੰ ਸੁਣ ਕੇ ਲੱਗ ਰਿਹਾ ਕਿ ਤੁਹਾਨੂੰ ਕਿਤੇ ਨਾ ਕਿਤੇ ਲਿਖਣ ਦਾ ਸ਼ੌਂਕ ਜਿਹੜਾ ਉਹ ਲੱਗ ਰਿਹਾ ਹੈ ਨਾ। ਜੇਕਰ ਆਪਣੇ ਮਾਤਾ ਗੁਜਰੀ ਕਾਲਜ ਨੂੰ 2-4 ਲਾਈਨਾਂ ਵਿੱਚ 2-4 ਲਾਈਨਾਂ ਡੈਡੀਕੇਟ ਕਰਨੀਆਂ ਹੋਣ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਚਲੋ ਤੁਸੀਂ ਲਿਖਣ ਦੀ ਗੱਲ ਕਰੀਏ, ਲਿਖਣ ਦਾ ਹੁਣ ਵੀ ਜਿਵੇਂ ਕਹਿ ਦਈਏ ਮਾਤਾ ਗੁਜਰੀ ਕਾਲਜ ਦੀ ਉਹ ਬਖਸ਼ਿਸ਼ ਆ, ਮੈਨੂੰ ਇਹਦੇ ਵਾਸਤੇ ਮੈਂ ਸਾਰੀ ਉਮਰ ਦੇਣਦਾਰ ਰਹੂੰਗਾ ਮਾਤਾ ਗੁਜਰੀ ਕਾਲਜ ਦਾ। ਅਤੇ ਇਸ ਦੇ ਦੌਰਾਨ ਮੈਂ ਆਪਣੇ ਆਖਰੀ ਜਿਵੇਂ ਸਫ਼ਰ ਸੀਗਾ ਸਾਡਾ, ਉਸ ਦੇ ਡੈਡੀਕੇਟਿਡ ਮੈਂ ਕੁਛ ਲਾਈਨਾਂ ਲਿਖੀਆਂ ਸੀਗੀਆਂ ਆਪਣੇ ਕੋਲ ਆਪਣੇ ਵਾਸਤੇ, ਅਤੇ ਲਿਖਿਆ ਸੀਗਾ ਮੈਂ ਆਪਣਾ ਉਹ ਡੋਮਟਰੀ ਕਾਲ ਕਰ ਲਵਾਂ, ਇੱਕ ਵਾਰ ਕਾਪੀ ਦੇ ਵਿੱਚ ਰਿਕਾਲ ਕਰ ਸਕਦੇ? ਹਾਂਜੀ ਹਾਂਜੀ, ਕਾਪੀ ਤੋਂ ਬੋਲ ਲਓ ਚਾਹੇ ਤੁਸੀਂ। ਚਲੋ ਮੈਂ ਕਰ ਲਵਾਂ। ਜਿੱਥੇ ਜੋਬਨ ਰੁੱਤਦਾ ਕੱਟ ਕੇ ਗਏ ਹਾਂ ਇੱਕ ਅਰਸਾ ਅਤੇ ਜ਼ਮਾਨਾ, ਜਿੱਥੇ ਪੈਰ ਪਾਉਂਦਿਆਂ ਬਦਲ ਗਿਆ ਸੀ ਸਾਡਾ ਹਾਏ ਨਜ਼ਰਾਨਾ, ਜਿਹਨੇ ਆਮ ਜਿਹੇ ਸਟੂਡੈਂਟ ਤੋਂ ਮੈਨੂੰ ਬਣਾਇਆ ਸੀ ਦੀਵਾਨਾ, ਚਾਰ ਕੁ ਦਿਨ ਦੇ ਵਕਫੇ ਨੂੰ ਉਹ ਹੋ ਜਾਣਾ ਉਹ ਕਾਲਜ ਬੇਗਾਨਾ, ਚਾਰ ਕੁ ਦਿਨ ਦੇ ਵਕਫੇ ਨੂੰ ਹੋ ਜਾਣਾ ਉਹ ਕਾਲਜ ਬੇਗਾਨਾ। ਬਹੁਤ ਵਧੀਆ, ਕਿਉਂਕਿ ਇਹ 3 ਸਾਲਾਂ ਦੀ ਜਰਨੀ ਮੇਰਾ ਖੁਦ ਦਾ ਲਾਸਟ ਈਅਰ ਆ, ਤਾਂ ਐਵੇਂ ਹੁੰਦਾ ਵੀ ਇੱਥੋਂ ਜਾਈਏ ਨਾ ਅਸੀਂ, ਹੈ ਨਾ, ਬਸ ਵੀ ਇੱਥੇ ਹੀ ਪੜ੍ਹਦੇ ਰਹੀਏ, ਹੈ ਨਾ। ਅਤੇ ਜਿਵੇਂ ਕਿ ਹੁਣ ਕੁਝ ਬਸ ਅਖੀਰਲੇ ਦਿਨ ਰਹਿ ਗਏ ਨੇ ਸਾਡੇ, ਤਾਂ ਕਿਵੇਂ ਕਾਲਜ ਦੇ ਵਿੱਚ ਰੋਜ਼ ਆਉਂਦੇ ਹੋ ਹੁਣ ਤੁਸੀਂ?
ਹਾਂਜੀ ਡੇਲੀ ਆਉਂਦੇ ਹੁਣ ਤਾਂ ਸਮਾਂ ਅੱਧਾ ਪੌਣਾ ਘੰਟਾ ਜਲਦੀ ਉਹ ਕਰ ਲਿਆ ਵੀ ਹਾਂ ਹੁਣ 8:30 ਦੇ ਕਰੀਬ ਪਹੁੰਚ ਜਾਈਦਾ ਹੁਣ 4:30 ਤੱਕ ਜਿੰਨਾ ਵੀ ਵੱਧ ਤੋਂ ਵੱਧ ਖਿੱਚ ਹੁੰਦਾ ਹੈ ਆਪਣਾ ਵੀ ਹਾਂ ਉਰੇ ਅਸੀਂ ਵੱਧ ਤੋਂ ਵੱਧ ਸਮਾਂ ਬਿਤਾ ਲਈਏ ਕਿਉਂਕਿ ਕੱਲ ਨੂੰ ਇਹੀ ਚੀਜ਼ਾਂ ਨੇ ਜਿਹੜੀਆਂ ਯਾਦਾਂ ਬਣ ਕੇ ਸਾਡੇ ਨਾਲ ਰਹਿਣਗੀਆਂ ਅਤੇ ਇਹੀ ਸਾਨੂੰ ਸਾਰੀ ਉਮਰ ਰਹਿਣਗੀਆਂ ਜੇਕਰ 3 ਸਾਲਾਂ ਦੇ ਇਸ ਜਰਨੀ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਤੁਸੀਂ ਕੀ ਕਹੋਗੇ? ਮੈਂ ਤਾਂ ਇਸ ਚੀਜ਼ ਨੂੰ ਤਜਰਬਿਆਂ ਭਰਪੂਰ ਕਹਿ ਸਕਦੇ ਹਾਂ ਆਪਾਂ। ਹਾਂਜੀ ਆਪਾਂ ਤਜਰਬੇ ਜਿਵੇਂ ਨਿੱਤੋ ਦਿਨ ਨਵੇਂ ਤਜਰਬੇ ਮਿਲੇ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੇਰਾ ਤਾਂ ਜਿਵੇਂ ਬਹੁਤ ਨਜ਼ਰੀਆ ਬਦਲ ਗਿਆ ਸੀਗਾ ਕਿਉਂਕਿ 12ਵੀਂ ਤੱਕ ਬੇਸਿਕਲੀ ਸਭ ਨਾਲ ਅੱਜ ਕੱਲ੍ਹ ਆਹੀ ਕੁਛ ਹੁੰਦਾ ਆਮ ਤੌਰ ਉੱਪਰ ਵੀ ਬੰਦੇ ਨੂੰ ਕੋਈ ਆਪਣੇ ਮਕਸਦ ਨਹੀਂ ਹੁੰਦੇ ਹੈਗੇ। ਹੁਣ ਇੰਨਾ ਕਿ ਵੀ ਆਪਾਂ ਨੂੰ ਮਕਸਦ ਮੈਨੂੰ ਇਹਨੇ ਗਾਹਾਂ ਨੂੰ ਦਿਖਾਏ ਨੇ ਅਤੇ ਢੰਗ ਵੀ ਦਿਖਾਇਆ ਕਿ ਦੁਨੀਆਦਾਰੀ ਨੂੰ ਦੇਖਣ ਦਾ ਢੰਗ, ਲੋਕਾਂ ਦੇ ਵਿੱਚ ਵਿਚਰਨ ਦਾ ਤੌਰ ਤਰੀਕਾ ਦੱਸਿਆ ਬੋਲਦੇ ਨੇ। ਅਤੇ ਅੱਗੇ ਦੀ ਤਿਆਰੀ ਲਈ ਕੀ ਕਰ ਰਹੇ ਹੋ ਤੁਸੀਂ? ਇੱਧਰ ਹੀ ਲੱਗ ਰਹੇ ਹੋ ਜਾਂ ਫਿਰ ਜੀ? ਹੁਣ ਫਿਲਹਾਲ ਸਾਨੂੰ ਸਾਡੇ ਅਧਿਆਪਕ ਸਾਹਿਬਾਨ ਵੀ ਕਹਿ ਰਹੇ ਸੀਗੇ ਕਿ ਗਾਹਾਂ ਐਮ ਏ ਦੇ ਵਿੱਚ ਵੀ ਇੱਥੇ ਕਾਲਜ ਦੇ ਵਿੱਚ ਹੋ ਕਰਿਆ ਜਾਵੇ, ਪਰ ਹੁਣ ਗਾਹਾਂ ਗਾਹਾਂ ਜਿਵੇਂ ਅੱਗੇ ਸਾਡਾ ਆਪਣਾ ਸਾਡਾ ਸੋਸ਼ਲ ਸਾਇੰਸ ਜਿਹੜਾ ਉਹ ਸਪੈਸ਼ਲੀ ਆਪਣਾ ਸਰਕਾਰੀ ਪੇਪਰਾਂ ਦੇ ਵਾਸਤੇ ਬਣਾਇਆ ਗਿਆ ਹੈ ਸਰਕਾਰੀ ਜੋਬ ਵਾਸਤੇ ਤਿਆਰ ਕਰਨ ਨੂੰ, ਤਾਂ ਫਿਰ ਮੈਂ ਆਪਣੀ ਅੱਗੇ ਤਾਂ ਤਿਆਰੀ ਜਾਰੀ ਰੱਖੂੰਗਾ ਸਰਕਾਰੀ ਪੇਪਰਾਂ ਦੇ ਵਾਸਤੇ ਅਤੇ ਆਪਣਾ ਸਰਕਾਰ ਦੇ ਵਿੱਚ ਕੋਈ ਸਰਕਾਰੀ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਰਹੂਗੀ। ਬਿਲਕੁਲ, ਆਲ ਦੀ ਬੈਸਟ ਫੋਰ ਯੂਅਰ ਫਿਊਚਰ। ਥੈਂਕ ਯੂ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਨਾਮ ਸਿੰਘ ਜੀ। ਸਤਨਾਮ ਸਿੰਘ, ਹਾਂਜੀ ਸਤਨਾਮ, ਕਿਹੜੇ ਡਿਪਾਰਟਮੈਂਟ ਦੇ ਹੋ ਤੁਸੀਂ? ਮੈਂ ਪੱਤਰਕਾਰੀ ਵਿਭਾਗ ਤੋਂ ਜੀ। ਅੱਛਾ, ਕਿਹੜੇ ਈਅਰ ਦੇ ਸਟੂਡੈਂਟ ਹੋ? ਮੈਂ ਇੱਥੋਂ ਐਮਏ ਕਰ ਰਿਹਾ ਹਾਂ। ਐਮਏ ਕਰ ਰਹੇ ਹੋ? ਮੈਂ ਮੀਡੀਆ ਬਿਜ਼ਨਸ। ਐਮਏ ਜਰਨਲਿਜ਼ਮ? ਹਾਂਜੀ। ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਤੁਸੀਂ? ਇੱਥੋਂ ਕੀਤੀ ਸੀ। ਇੱਥੋਂ ਕੀਤੀ ਹੈ ਤੇ ਜਾਨੀ ਕਿ ਤੁਹਾਨੂੰ 5 ਸਾਲ ਹੋ ਗਏ ਨੇ ਇਸ ਕਾਲਜ ਵਿੱਚ, ਤੇ ਇਹ 5 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਇਸ ਕਾਲਜ ਦਾ, ਇੱਥੇ ਪੜ੍ਹਾਈ ਕਰਨ ਦਾ, ਤੁਹਾਡਾ ਕਿਵੇਂ ਦਾ ਰਿਹਾ? ਇੱਥੋਂ ਜੀ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਜੀ। ਜੀ। ਅਤੇ ਜਦੋਂ ਮੈਂ ਸਟਾਰਟਿੰਗ 'ਚ ਆਇਆ ਸੀ, ਮੈਂ ਜਿਵੇਂ ਕਹਿ ਲਓ ਮੈਨੂੰ ਕੁਛ ਨਹੀਂ ਸੀ ਆਉਂਦਾ, ਅਤੇ ਜਦੋਂ ਮੈਂ ਐਡਮਿਸ਼ਨ ਵੀ ਕਰਾਈ ਆ, ਮੈਂ ਪਹਿਲਾਂ ਤਾਂ ਅਸੀਂ ਸਿੰਪਲ ਬੀ ਏ 'ਚ ਕਰਾ ਲਈ ਸੀ। ਜੀ। ਅਤੇ ਉਸ ਤੋਂ ਬਾਅਦ 'ਚ ਸਾਨੂੰ ਕਿਸੇ ਨੇ ਸਲਾਹ ਦਿੱਤੀ, ਕਹਿੰਦੇ ਤੁਸੀਂ ਜਰਨਲਿਜ਼ਮ ਕਰ ਲਓ, ਉਸ ਵੀ ਸੌਖੀ ਵੀ ਹੈ ਅਤੇ ਤੁਹਾਨੂੰ ਅੱਗੇ ਕੰਮ ਵੀ ਆਊਗੀ। ਅਤੇ ਉਸ ਤੋਂ ਬਾਅਦ 'ਚ ਬਲਕਿ ਅਸੀਂ ਉਸ 'ਚ ਕਰਾ ਲਈ, ਪਹਿਲਾਂ 6 ਮਹੀਨੇ ਤਾਂ ਅਸੀਂ ਇੱਦਾਂ ਹੀ ਘੁੰਮੀ ਗਏ, ਸਾਨੂੰ ਇੰਨਾ ਹੈ ਨਹੀਂ ਸੀ। ਉਸ ਤੋਂ ਬਾਅਦ 'ਚ ਬਲਕਿ ਮੈਨੂੰ ਅੱਜ ਵੀ ਯਾਦ ਆ, ਅਸੀਂ ਕੰਟੀਨ 'ਚ ਬੈਠੇ ਸੀ ਇੱਥੇ। ਜੀ। ਅਤੇ ਮੈਨੂੰ ਮੇਰੀ ਮੈਡਮ ਦਾ ਫੋਨ ਆਇਆ, ਕਹਿੰਦੀ ਵੀ ਸਤਨਾਮ ਕੰਪੀਟੀਸ਼ਨ ਹੈ ਕੋਈ ਵੀ, ਤੈਨੂੰ ਡਿਪਾਰਟਮੈਂਟ ਦਾ ਬੁਲਾਇਆ। ਉਸ ਦਿਨ ਮੈਂ ਡਿਪਾਰਟਮੈਂਟ ਗਿਆ ਅਤੇ ਉਸ ਦਿਨ ਤੋਂ ਅੱਜ ਤੱਕ ਮੈਂ ਡਿਪਾਰਟਮੈਂਟ ਹੀ ਹਾਂ। ਬਿਲਕੁਲ। ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਹਜੇ ਮੇਰੀ ਐਮ ਏ ਚੱਲ ਰਹੀ ਹੈ ਅਤੇ ਮੈਨੂੰ ਚੰਗੀਆਂ ਜੋਬ ਦੀਆਂ ਓਪਰਚੁਨਿਟੀਆਂ ਹਜੇ ਵੀ ਆ ਰਹੀਆਂ ਨੇ ਹੁਣ ਵੀ। ਜੀ ਬਿਲਕੁਲ। ਜੇਕਰ ਆਪਣੇ ਇੱਕ ਆਪਣੇ ਡਿਪਾਰਟਮੈਂਟ ਲਈ, ਜਰਨਲਿਜ਼ਮ ਡਿਪਾਰਟਮੈਂਟ ਲਈ ਇੱਕ ਗੱਲ ਕਹਿਣੀ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਵੀ ਕਾਲਜ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਸਪੋਰਟਿਵ ਟੀਚਰ ਡਿਪਾਰਟਮੈਂਟ ਵੀ ਥਿਊਰੀ ਨਾਲੋਂ ਪ੍ਰੈਕਟੀਕਲ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਜੀ ਬਿਲਕੁਲ। ਜੋ ਕਿ ਅੱਗੇ ਆਪਾਂ ਨੂੰ ਫੀਲਡ 'ਚ ਕੰਮ ਆਉਂਦਾ। ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਥਿਊਰੀ ਚਲੋ ਜ਼ਰੂਰੀ ਹੈ ਆਪਾਂ ਮੰਨਦੇ, ਪਰ ਪਹਿਲਾਂ ਆਪਣੀ ਫੀਲਡ ਦੇ ਵਿੱਚ ਪ੍ਰੈਕਟੀਕਲ ਜ਼ਿਆਦਾ ਜ਼ਰੂਰੀ ਹੁੰਦਾ। ਸੋ ਪ੍ਰੈਕਟੀਕਲ ਨੂੰ ਪ੍ਰੈਫਰ ਜ਼ਿਆਦਾ ਦਿੰਦੇ ਨੇ ਇੱਥੇ। ਫਸਟ ਈਅਰ 'ਚ ਬੱਚਿਆਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਸੈਕਿੰਡ ਈਅਰ ਦੇ ਉਹਨਾਂ ਨੂੰ ਕਰਾਉਣਾ, ਫਸਟ ਈਅਰ ਦੇ ਬੱਚਿਆਂ ਨੂੰ ਵੀ, ਬਲਕਿ ਜਿੱਦਾਂ ਕਿਸੇ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਿਆ ਜਾਂਦਾ, ਸਭ ਨੂੰ ਬਰਾਬਰ ਬਰਾਬਰ। ਹਾਂਜੀ, ਜਿਹੜਾ ਸਗੋਂ ਪਿੱਛੇ ਆ ਉਹਦੀ ਸਗੋਂ ਜ਼ਿਆਦਾ ਉਹਨੂੰ ਖਿੱਚ ਕੇ ਅੱਗੇ ਲਿਆਉਂਦਾ ਜਾਂਦਾ, ਉਹਨੂੰ ਬਰਾਬਰ ਕੀਤਾ ਜਾਂਦਾ ਦੂਜਿਆਂ ਦਾ। ਠੀਕ ਹੈ ਜੀ। ਸੋ ਸਤਨਾਮ, ਆਲ ਦੀ ਬੈਸਟ ਫੋਰ ਯੂਅਰ ਫਿਊਚਰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮਨਦੀਪ ਸਿੰਘ ਜੀ। ਮਨਦੀਪ ਸਿੰਘ, ਤੁਹਾਡਾ ਕੀ ਨਾਮ? ਮੇਰਾ ਨਾਮ ਦਿਨੇਸ਼। ਦਿਨੇਸ਼, ਹਾਂਜੀ। ਤੇ ਜਿਵੇਂ ਕਿ ਆਪਣਾ ਲਾਸਟ ਈਅਰ ਹੈ ਨਾ, ਤੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ? ਅਸੀਂ ਕਮਰਸ ਡਿਪਾਰਟਮੈਂਟ ਦੇ ਦੋਨੇ। ਕਮਰਸ ਦੋਵੇਂ ਜਾਣੇ, ਠੀਕ ਹੈ। ਤੇ ਇਸ ਮਾਤਾ ਗੁਜਰੀ ਕਾਲਜ 'ਚ ਪੜ੍ਹਨ ਦਾ ਸਫ਼ਰ ਕਿਵੇਂ ਦਾ ਰਿਹਾ ਤੁਹਾਡਾ? ਸਾਡਾ ਦੇਖੋ ਸਫ਼ਰ ਤਾਂ ਪੜ੍ਹਨ ਵਾਲਾ ਵੀ ਪਹਿਲੇ 3 ਸਮੈਸਟਰ ਤੱਕ ਹੀ ਚੱਲਿਆ, ਫਿਰ ਤਾਂ ਅਸੀਂ ਮੁੜ ਕੇ ਕਲਾਸਾਂ ਲਾਈਆਂ ਨਹੀਂ ਕਿਉਂਕਿ ਅਸੀਂ ਥੀਏਟਰ 'ਚ ਪੈ ਗਏ ਸੀਗੇ। ਓਕੇ। ਹਾਂਜੀ, ਤੇ ਥੀਏਟਰ 'ਚ ਪੈ ਕੇ ਬਸ ਫਿਰ ਲੈਕਚਰ ਨਾ ਲਾਏ ਅਸੀਂ ਕੰਟੀਨ, ਕਦੇ ਉੱਧਰ ਕਦੇ ਓਪਨ ਏਅਰ ਥੀਏਟਰ।
ਥੀਏਟਰ ਚ ਪੂਰਾ ਮਨ ਲੱਗਿਆ ਰਿਹਾ ਜਾਣਾ ਥੀਏਟਰ ਸਾਡਾ ਦਿਲ ਆ ਥੀਏਟਰ ਹੀ ਇੱਕ ਘਰ ਬਣ ਗਿਆ ਮਨ ਘਰ ਠੀਕ ਹੈ ਜੀ ਤੁਹਾਡਾ ਕਿਵੇਂ ਦਾ ਰਿਹਾ ਸਾਡਾ ਵੀ ਸਫਰ ਬਸ ਨਾਲ ਹੀ ਤਿੰਨ ਸੈਮੈਸਟਰ ਪੜਿਆ ਉਹ ਤੋਂ ਬਾਅਦ ਮਰੀ ਘੱਟ ਵੱਧ ਲੈਕਚਰ ਲਾਇਆ ਵੀ ਨੋਣਾ ਘਟਿਆ ਜਾਵੇ ਹੈ ਨਾ ਜੀ ਉਦਾਂ ਬਹੁਤ ਇੰਟਰਸਟ ਥੀਏਟਰ ਕਿ ਨਹੀਂ ਰਿਹਾ ਹੁਣ ਵੀ ਅਸੀਂ ਨਾਟਕ ਕਰਦੇ ਹਾਂ ਕਦੇ ਕਿਸੇ ਪਿੰਡ 'ਚ ਕਰਤਾ ਕਦੇ ਆਪਾਂ ਕਾਲਜ ਦੇ ਵਿੱਚ ਕਰਤਾ ਤੁਸੀਂ ਦੇਖੋਗਾ ਆਪਾਂ ਵੋਟਰ ਰਿਲੇਟਡ ਵੀ ਕਾਲਜ ਨਾਟਕ ਕਰ ਰਹੇ ਹਾਂ ਬਿਲਕੁਲ ਬਹੁਤ ਸੋਹਣਾ ਮੈਂ ਖੁਦ ਦੇਖਦੀ ਰਹੀ ਹਾਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਇਸ ਕਾਲਜ ਦਾ ਜਿਹੜਾ ਥੀਏਟਰ ਡਿਪਾਰਟਮੈਂਟ ਹੈ ਨਾ ਬਹੁਤ ਵਧੀਆ ਬਖੂਬੀ ਨਿਭਾ ਰਹੀ ਹੋ ਤੁਸੀਂ ਤੇ ਜੇ ਗੱਲ ਕਰੀਏ ਤਾਂ ਇਸ 3 ਸਾਲਾਂ ਦੇ ਸਫ਼ਰ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਕੀ ਕਹੋਗੇ ਤੁਸੀਂ ਸਾਡੇ ਲਈ ਤਾਂ ਜੰਨਤ ਹੈ ਜੰਨਤ ਹੈ ਜੀ ਜਿਨ੍ਹਾਂ ਦੇ ਕਿਹਾ ਦੇਖ ਆਪਣਾ ਦੂਜਾ ਘਰ ਕਹਿ ਸਕਦੇ ਕਿਉਂਕਿ ਆਪਾਂ ਮੋਸਟਲੀ ਟਾਈਮ ਆਪਾਂ ਉਰੇ ਬਤੀਤ ਕਰਦੇ ਹਾਂ ਨਾ ਜੀ ਆਪਣਾ ਅਤੇ ਘਰ ਵੀ ਆਪਾਂ ਮੇਰੇ ਲਗਭਗ ਆਪਾਂ 6:30 ਜਾਂ 7 ਵਜੇ ਘਰੇ ਪਹੁੰਚਦੇ ਹਾਂ ਨਾ ਜੀ ਬਾਕੀ ਪੂਰਾ ਦਿਨ ਆਪਣਾ ਕਾਲਜ ਦੇ ਵਿੱਚ ਹੀ ਹੁੰਦਾ ਠੀਕ ਹੈ ਦੂਜਾ ਘਰ ਕਹਿ ਸਕਦੇ ਆਪਾਂ ਇਹਨੂੰ ਓਕੇ ਤੇ ਅੱਗੇ ਲਈ ਕੀ ਕਰ ਰਹੇ ਹੋ ਤੁਸੀਂ ਅੱਗੇ ਲਈ ਮੇਰੀ ਤਾਂ ਜੋਬ ਲੱਗੀ ਆ ਮੈਂ ਅੱਜ ਮੇਰਾ ਕੱਲ੍ਹ ਕਾਲਜ ਲਾਸਟ ਦਿਨ ਆ ਮੈਂ ਪਰਸੋਂ ਤੋਂ ਜੋਬ 'ਤੇ ਮੈਂ ਮੁੜ ਕੇ ਕਾਲਜ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਜੀ ਤੁਸੀਂ ਆਪਾਂ ਜੀ ਦੇਖੋ ਜਾਂ ਤਾਂ ਹੁਣ ਸਬੱਬ ਬਣਦਾ ਸਟੱਡੀ ਵੀ ਕਰ ਸਕਦੇ ਅੱਗੇ ਆਪਾਂ ਜਾਂ ਫਿਰ ਆਪਾਂ ਜੋਬ ਵੀ ਕਰਾਂਗੇ ਜੀ ਹਾਂਜੀ ਓਕੇ ਚਲੋ ਆਲ ਦੀ ਬੈਸਟ ਸਾਨੂੰ ਦੋਵਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਨਾਲ ਇਹੋ ਜਿਹੇ ਇੱਕ ਸਟੂਡੈਂਟ ਜੁੜੇ ਨੇ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ ਅਤੇ ਇੱਕ ਪੋਇਟਰੀ ਉਹ ਪੇਸ਼ ਕਰਨ ਜਾ ਰਹੇ ਨੇ ਸੋ ਹਾਂਜੀ ਅਤੇ ਮੈਂ ਲਿਖਿਆ ਸੀਗਾ ਜੀ ਹੁਣੇ ਵੱਡੇ ਮਹਿਲ ਤੇ ਪਰਬਤ ਪਰ ਉਹ ਤਾਂ ਉਸ ਤੋਂ ਤਾਂ ਦੀ ਗੱਲ ਹੈ ਜੀ ਦੁੱਖ ਵੇਲੇ ਜੋ ਮੈਨੂੰ ਤਪੜ ਨਾ ਦੇਵੇ ਇਹ ਉਸ ਬੁੱਕਲ ਦੀ ਛਾਂ ਦੀ ਗੱਲ ਹੈ ਮੇਰੇ ਲਈ ਉਹ ਸੋਹਣੀ ਵਾਲੀ ਮੇਰੇ ਲਈ ਉਹ ਸੋਹਣੀ ਵਾਲੀ ਪਰੀਆਂ ਹੀਰਾਂ ਤਾਂ ਬਸ ਨਾਂ ਦੀ ਗੱਲ ਹੈ ਹਰੇ ਔਖੇ ਵੇਲੇ ਮੇਰੀ ਬਾਂਝ ਫੜਦੀ ਹਰੇ ਔਖੇ ਵੇਲੇ ਮੇਰੀ ਬਾਂਝ ਫੜਦੀ ਹਾਂ ਲੋਕੋ ਇਸ ਬਾਂਹ ਦੀ ਗੱਲ ਹੈ ਮੇਰਾ ਮੱਥਾ ਚੁੰਮ ਕੇ ਗਲ ਨਾ ਲਾਵੇ ਮੱਥਾ ਚੁੰਮ ਕੇ ਗਲ ਨਾ ਲਾਵੇ ਗੌਰ ਨਾ ਸੁਣੇ ਮੇਰੀ ਮਾਂ ਦੀ ਗੱਲ ਹੈ ਬਹੁਤ ਵਧੀਆ ਧੰਨਵਾਦ ਤੁਹਾਡਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੁਖਮਨਪ੍ਰੀਤ ਸਿੰਘ ਜੀ ਸੁਖਮਨਪ੍ਰੀਤ ਸੁਖਮਨ ਕਿਹੜੇ ਡਿਪਾਰਟਮੈਂਟ ਦੇ ਤੁਸੀਂ ਮੇਰਾ ਬੀਏ ਡਿਪਾਰਟਮੈਂਟ ਪੀਏ ਓਕੇ ਲਾਸਟ ਈਅਰ ਇੱਥੇ ਕਾਲਜ ਦੇ ਵਿੱਚ ਜੀ ਤੇ ਇਸ 3 ਸਾਲ ਦਾ ਜਿਹੜੀ ਜਰਨੀ ਰਹੀ ਹੈ ਇਸ ਕਾਲਜ ਦੇ ਵਿੱਚ ਉਹ ਕਿਵੇਂ ਦੀ ਰਹੀ ਤੁਹਾਡੀ ਬਹੁਤ ਵਧੀਆ ਰਹੀ ਆ ਨਵਾਂ ਨਵਾਂ ਸਿੱਖਣ ਨੂੰ ਵੀ ਮਿਲਿਆ ਕਾਲਜ ਤੇ ਬਾਕੀ ਆਪਾਂ ਜਿਵੇਂ ਦੋਸਤਾਂ ਮਿੱਤਰਾਂ ਨਾਲ ਰਹਿੰਦੇ ਤੇ ਨਹੀਂ ਬਾਕੀ ਸਰਕਲ ਹੁੰਦਾ ਹੈ ਬਾਕੀ ਕਾਲਜ ਵਧੀਆ ਬਾਕੀ ਜੀ 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 ਤੇ ਜੇ ਗੱਲ ਕਰੀਏ ਤਾਂ ਬਾਕੀ ਕਾਲਜਿਸ ਨਾਲੋਂ ਇੱਥੇ ਮਾਤਾ ਗੁਜਰੀ ਕਾਲਜ 'ਚ ਤੁਹਾਨੂੰ ਸਭ ਤੋਂ ਅਲੱਗ ਕੀ ਚੀਜ਼ ਲੱਗੀ ਮਤਲਬ ਕਾਲਜ ਲੈ ਦਾ ਆਪਣੇ ਡਿਸਟ੍ਰਿਕਟ ਦਾ ਫਤਿਹਗੜ੍ਹ ਸਾਹਿਬ ਦਾ ਇੱਕ ਲਹਿਦੀ ਚੀਜ਼ ਆ ਉਰੇ ਫਨ ਵੀ ਆ ਪੜ੍ਹਾਈ ਵੀ ਆ ਸਭ ਕੁਛ ਹੈਗਾ ਉਰੇ ਕਾਲਜ ਅਤੇ ਇਹਦੇ ਕਰਕੇ ਵਧੀਆ ਲੱਗਿਆ ਕਾਲਜ ਓਕੇ ਜੇ ਗੱਲ ਕਰੀਏ ਇੱਥੇ ਦੇ ਸਿਕਿਉਰਿਟੀ ਸਟਾਫ ਦੀ ਆਪਣੇ ਪ੍ਰੋਫੈਸਰ ਬਾਰੇ ਤਾਂ ਕਿਵੇਂ ਦੇ ਲੱਗੇ ਉਹਨਾਂ ਟੀਚਿੰਗ ਸਟਾਈਲ ਟੀਚਰ ਵਧੀਆ ਸਭ ਵਧੀਆ ਪੜ੍ਹਾਉਂਦੇ ਆ ਅਤੇ ਬਸ ਓਕੇ ਜੀ ਥੈਂਕ ਯੂ ਜੀ ਆਲ ਦੀ ਬੈਸਟ ਫੋਰ ਯੂਰ ਫਿਊਚਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮਨਵੀਰ ਕੌਰ ਮਨਵੀਰ ਕੌਰ ਤੁਹਾਡਾ ਸੁਮਨਪ੍ਰੀਤ ਕੌਰ ਸੁਮਨਪ੍ਰੀਤ ਕਿਹੜੇ ਡਿਪਾਰਟਮੈਂਟ ਤੋਂ ਅਸੀਂ ਬੀ ਓਨ ਸੋਸ਼ਲ ਸਾਇੰਸਿਸ ਡਿਪਾਰਟਮੈਂਟ ਓਕੇ ਫਾਈਨਲੀ ਹੈ ਠੀਕ ਹੈ ਠੀਕ ਹੈ ਤੇ ਜੇ ਗੱਲ ਕਰੀਏ ਤਾਂ ਇਸ ਕਾਲਜ ਵਿੱਚ ਜਿਹੜੇ ਤੁਹਾਡੇ 3 ਸਾਲ ਨੇ ਉਹ ਕਿਵੇਂ ਦੇ ਰਹੇ ਨੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹਦਾ ਕੈਂਪਸ ਬਹੁਤ ਵਧੀਆ ਹੈ ਅਤੇ ਸਟਾਫ ਬਹੁਤ ਵਧੀਆ ਹੈ ਅਤੇ ਓਵਰਆਲ ਇੱਥੇ ਫਰੈਂਡਸ ਬਹੁਤ ਬਣੇ ਆ ਹੁਣ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਜੀ 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 ਯਾਦਾਂ ਤੁਸੀਂ ਇੱਥੋਂ ਕਾਲਜ ਦੀ ਬੈਸਟ ਮੈਮਰੀ ਕਿਹੜੀ ਲੈ ਕੇ ਜਾ ਰਹੇ ਮੇਰੇ ਲਈ ਬੈਸਟ ਮੈਮਰੀ ਲਾਇਬ੍ਰੇਰੀ ਆ ਲਾਇਬ੍ਰੇਰੀ ਆਪਣੇ ਮਾਤਾ ਕੈਂਟੀਨ ਐਂਡ ਲਾਇਬ੍ਰੇਰੀ ਦੋਨੋਂ ਨੇ ਬਿਕੋਜ਼ ਫਰੈਂਡਸ ਨਾਲ ਜਿੰਨਾ ਵੀ ਟਾਈਮ ਇੱਥੇ ਸਪੈਂਡ ਕੀਤਾ ਉੱਥੇ ਹਨਾ ਲਾਈਕ ਹੋਰ ਕਾਲਜ ਦੇ ਵਿੱਚ ਕੋਈ ਪਲੇਸ 'ਤੇ ਨਹੀਂ ਕੀਤਾ ਹੈਗਾ ਅਤੇ ਲਾਇਬ੍ਰੇਰੀ ਦੇ ਵਿੱਚ ਕਿੰਨੀਆਂ ਵਧੀਆ ਬੁੱਕਸ ਆਪਾਂ ਨੂੰ ਮਿਲਦੀਆਂ ਨੇ ਸਟਾਫ ਵੀ ਬੜਾ ਵਧੀਆ ਆ ਸੋ ਲਾਇਬ੍ਰੇਰੀ ਮੇਰੇ ਲਈ ਬੈਸਟ ਪਲੇਸ ਆ ਕਾਲਜ ਦੀ ਜੀ ਅਤੇ ਦੋਸਤੋ ਮਨਵੀਰ ਜਿਹੜੇ ਨੇ ਇਹ ਗਿੱਧਾ ਵੀ ਪਾਉਂਦੇ ਰਹੇ ਨੇ ਯੂਥ ਫੈਸਟ ਦੇ ਵਿੱਚ ਅਤੇ ਇਹਨਾਂ ਕੋਲ ਆਪਾਂ ਸੁਣਦੇ ਹਾਂ ਇੱਕ ਬੋਲੀ ਅਤੇ ਫਰਮਾਈਏ ਕੁਛ ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਕਣਕ ਐਮ ਜਿਸੀ ਆਲੇ ਹੰਦੀ ਚੱਲੀ ਨਾ ਜਾਵੇ ਮੜਕੀ ਐਮ ਜਿਸੀ ਆਲੇ ਹੰਦੀ ਚੱਲੀ ਨਾ ਜਾਵੇ ਮੜਕੀ ਐਮ ਜਿਸੀ ਆਲੇ ਹੰਦੀ ਜੀ
ਤੇ ਬਹੁਤ ਹੀ ਸੋਹਣੀ ਬੋਲੀ ਗਾਈ ਹੈ ਤੁਸੀਂ ਆਪਣੇ ਐਮ ਜੀ ਕਾਲਜ ਵਾਸਤੇ, ਤੇ ਜੇ ਇੱਕ ਬੋਲੀ ਹੋਰ ਹੋਵੇ ਤੇ? ਹਾਂਜੀ ਜ਼ਰੂਰ, ਗਿੱਠ ਗਿੱਠ ਹੋਈਆਂ ਕਣਕਾਂ ਵੇ ਸਿੰਘ ਜੀ, ਗਿੱਠ ਗਿੱਠ ਹੋਈਆਂ ਕਣਕਾਂ ਵੇ, ਲਹਿ ਦੇ ਝਾਂਜਰਾਂ ਕੁੰਗਰੂਆਂ ਵਾਲੀਆਂ ਪੈਰੀ ਪਾ ਕੇ ਛਣਕਾਂ ਵੇ, ਗਿੱਠ ਗਿੱਠ ਹੋਈਆਂ ਕਣਕਾਂ ਵੇ ਸਿੰਘ ਜੀ, ਗਿੱਠ ਗਿੱਠ ਹੋਈਆਂ ਕਣਕਾਂ ਵੇ। ਦੋਸਤੋ ਬਹੁਤ ਹੀ ਸੋਹਣੀ ਬੋਲੀ ਗਾਈ ਹੈ ਇਹਨਾਂ ਨੇ, ਤੇ ਮਨਵੀਰ ਐਵੇਂ ਹੀ ਆਪਣੇ ਕਾਲਜ ਦੀ ਜਿਹੜੀ ਜਰਨੀ ਵਧੀਆ ਰਹੀ ਹੈ, ਤੇ ਉਮੀਦ ਕਰਦੀ ਹਾਂ ਅੱਗੇ ਵੀ ਤੁਸੀਂ ਵਧੀਆ ਜਾ ਕੇ ਕਿਤੇ ਕਾਲਜ 'ਚ ਜੁਆਇਨ ਕਰੋ, ਤੇ ਆਲ ਦੀ ਬੈਸਟ ਫੋਰ ਦੀ ਫਿਊਚਰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕਮਲਪ੍ਰੀਤ ਕੌਰ। ਕਮਲਪ੍ਰੀਤ ਕੌਰ, ਕਮਲ ਕਿਹੜੇ ਡਿਪਾਰਟਮੈਂਟ ਦੇ ਹੋ ਤੁਸੀਂ? ਮੈਂ ਬੀ ਏ ਫਾਈਨਲ। ਬੀ ਏ ਫਾਈਨਲ, ਹਾਂਜੀ। ਤੇ ਕਮਲ ਮੇਰੇ ਕੋਲ ਇੱਕ ਸਵਾਲ ਹੈ ਕਿ ਜਿਵੇਂ ਕਿ ਕਾਲਜ ਦੇ ਵਿੱਚ ਤੁਸੀਂ ਫਾਈਨਲ ਈਅਰ 'ਚ ਹੋ ਨਾ, ਤੇ ਅਖੀਰਲੇ ਦਿਨ ਰਹਿ ਗਏ ਨੇ, ਤੇ ਜਦ ਤੁਸੀਂ ਫਸਟ ਦੇ ਵਿੱਚ ਆਏ ਸੀਗੇ ਤਾਂ ਹੁਣ ਤੱਕ ਦਾ ਕੀ ਜਿਹੜਾ ਡਿਫਰੈਂਸ ਰਿਹਾ ਤੁਹਾਡੇ ਇਸ ਕਾਲਜ ਦੇ ਵਿੱਚ ਆ ਕੇ, ਕੀ ਲਾਈਫ ਸਟਾਈਲ ਤੁਹਾਡਾ ਚੇਂਜ ਹੋਇਆ ਇਸ ਕਾਲਜ ਦੇ ਵਿੱਚ ਆ ਕੇ, ਕੀ ਯਾਦਾਂ ਜਿਹੜੀਆਂ ਨੇ ਉਹ ਰਹੀਆਂ ਨੇ? ਮੈਂ ਜਦੋਂ ਫਸਟ ਈਅਰ 'ਚ ਆਈ ਸੀ, ਬੇਸਿਕਲੀ ਇੱਕ ਹੁੰਦਾ ਹੈ ਜਦੋਂ ਅਸੀਂ ਸਕੂਲ 'ਚੋਂ ਨਿਕਲਦੇ ਹਾਂ ਪਲੱਸ ਟੂ ਤੱਕ, ਬੇਸ਼ੱਕ ਅਸੀਂ ਸੀਨੀਅਰਸ ਹੋ ਜਾਂਦੇ ਹਾਂ ਸੀਨੀਅਰ ਸੈਕੈਂਡਰੀ ਵਾਲੇ, ਬਟ ਹੁੰਦਾ ਤਾਂ ਉਹ ਚਾਈਲਡਿਸ਼ ਮਾਈਂਡ ਹੈ। ਅਤੇ ਇੱਕ ਤਾਂ ਮੈਂ ਬੇਸਿਕਲੀ ਪਟਿਆਲਾ ਤੋਂ ਹਾਂ, ਤਾਂ ਮੈਨੂੰ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਆਉਣ ਦਾ ਜਿਹੜਾ ਮੌਕਾ ਮਿਲਿਆ, ਉਸ ਚੀਜ਼ 'ਚ ਚੱਲਦੇ ਹੋਏ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੈ। ਕਿਉਂਕਿ ਜਦੋਂ ਅਸੀਂ ਆਪਣੇ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਬਹੁਤ ਦੁਨੀਆਦਾਰੀ ਦਾ ਪਤਾ ਲੱਗਦਾ ਹੈ। ਕਾਲਜ ਐਂਡ ਯੂਨੀਵਰਸਿਟੀਜ਼ ਇੱਕ ਐਸੀ ਪਲੇਸਿਸ ਹੁੰਦੀਆਂ ਨੇ ਜਿੱਥੇ ਇਸ ਚੀਜ਼ਾਂ ਨੂੰ ਆਪਾਂ ਜ਼ਿਆਦਾ ਨੇੜੇ ਹੋ ਕੇ ਸਮਝ ਸਕਦੇ ਹਾਂ। ਅਤੇ ਮੇਰੀ ਲਾਈਫ 'ਚ ਅਤੇ ਲਾਈਫ ਸਟਾਈਲ 'ਚ ਬਹੁਤ ਚੇਂਜ ਆਇਆ ਹੈ, ਮੇਰੀ ਸੋਚ ਬਦਲੀ ਹੈ ਬਾਹਰ ਆ ਕੇ, ਬਹੁਤ ਕੁਛ ਐਕਸਪਲੋਰ ਕੀਤਾ ਹੈ ਮੈਂ। ਬੇਸਿਕਲੀ ਇੱਕ ਜਿਹੜੀ ਸਭ ਤੋਂ ਸੋਹਣੀ ਚੀਜ਼ ਮੈਨੂੰ ਇਸ ਧਰਤੀ ਦੀ ਆਹ ਲੱਗਦੀ ਹੈ, ਇਸ ਜਗ੍ਹਾ ਨੇ ਮੈਨੂੰ ਸਿਰ 'ਤੇ ਚੁੰਨੀ ਲੈਣੀ ਸਿਖਾਈ ਆ। ਆਈ ਡਿਡਨਟ ਐਕਸਪੈਕਟ ਦਿਸ, ਬਟ ਬਹੁਤ ਕੁਛ ਚੇਂਜ ਹੋਇਆ ਹੈ। ਮੈਂ ਜਿੱਦਾਂ ਇੱਕ ਸਟੂਡੈਂਟ ਹੁੰਦਾ ਹੈ ਫਸਟ ਈਅਰ 'ਚ ਆਉਂਦਾ ਹੈ ਕਾਲਜ, ਉਹਨੂੰ ਚਾਅ ਹੁੰਦਾ ਹੈ, ਮੈਨੂੰ ਸੀਗਾ ਥੋੜ੍ਹਾ ਬਹੁਤ ਜਿਵੇਂ ਨੋਰਮਲ ਸਟੂਡੈਂਟਸ ਨੂੰ ਹੁੰਦਾ ਹੈ, ਬਟ ਸ਼ੁਰੂ ਦੇ ਵਿੱਚ ਆਪਾਂ ਨੂੰ ਕਈ ਗਲਤ ਲੋਕ ਵੀ ਮਿਲਦੇ ਆ, ਸਹੀ ਵੀ ਮਿਲਦੇ ਆ, ਕੁਛ ਛੱਡ ਕੇ ਵੀ ਜਾਣ ਕਰਦੇ ਆ, ਉਹ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ। ਪਲੱਸ ਹੋਰ ਕੁਛ ਵੀ ਬਹੁਤ ਐਕਸਪੀਰੀਅੰਸ ਕੀਤਾ ਆ ਲੋਕਾਂ ਨੂੰ ਲੈ ਕੇ, ਟੀਚਰਸ ਨੂੰ ਲੈ ਕੇ, ਬਹੁਤ ਲੀਨੀਅੰਟ ਅਤੇ ਅੱਛੇ ਪ੍ਰੋਫੈਸਰਸ ਨੇ ਇੱਥੇ ਦੇ, ਅੱਛੇ ਪ੍ਰੋਫੈਸਰਸ ਮਿਲੇ ਆ। ਕੁਛ ਮੇਰੀ ਮਿਊਜ਼ੀਕਲ ਜਰਨੀ ਰਹੀ ਹੈ ਸ਼ੁਰੂ ਮਿਊਜ਼ੀਕਲ, ਉਸ ਮਾਮਲੇ 'ਚ ਮੈਂ ਬਹੁਤ ਕੁਛ ਸਿੱਖਿਆ ਹੈ ਇੱਥੇ, ਜਿਹੜਾ ਮੈਂ ਬੁਲੰਦੀਆਂ ਨੂੰ ਇਸ ਟਾਈਮ ਹਾਸਲ ਕੀਤਾ ਹੈ ਉਹ ਇੱਥੋਂ ਕੀਤਾ ਆ ਜੀ। ਮੈਂ ਕੀ ਕਹਿ ਸਕਦੀ ਹਾਂ, ਮੈਨੂੰ ਮੇਰੇ ਕੋਲ ਸ਼ਬਦ ਨਹੀਂ ਹੈਗੇ, ਕਿਉਂਕਿ ਬਹੁਤ ਕੁਛ ਚੇਂਜ ਹੋਇਆ ਹੈ ਜਿਹੜਾ ਮੈਂ ਡਿਫਾਈਨ ਨਹੀਂ ਕਰ ਸਕਦੀ ਵੀ ਬਹੁਤ ਕੀ ਕੁਛ ਚੇਂਜ ਹੋਇਆ। ਅਤੇ ਬਾਕੀ ਰਹੀ ਇੱਕ ਹੋਰ, ਮੈਨੂੰ ਬੇਸਿਕ ਨੌਲੇਜ ਮਿਲੀ ਹੈ ਬੁੱਕਸ ਦੀ, ਮੈਂ ਜਮ੍ਹਾਂ ਲਾਇਬ੍ਰੇਰੀ ਸੀ ਪੜ੍ਹਦੀ ਨਹੀਂ ਸੀ ਹੁੰਦੀ, ਪਰ ਕੁਛ ਨਾਲ ਦੇ ਫਰੈਂਡਸ ਨਾਲ ਰਹਿ ਕੇ, ਕਿਉਂਕਿ ਉਹੀ ਹੁੰਦਾ ਨਾ ਜਦੋਂ ਤੁਸੀਂ ਬਾਹਰ ਜਾਂਦੇ ਹੋ ਐਕਸਪਲੋਰ ਕਰਦੇ ਹੋ, ਇੱਕ ਚੰਗਾ ਦੋਸਤ ਮਿਲ ਜਾਵੇ ਤਾਂ ਕਿਤੇ ਨਾ ਕਿਤੇ ਬਹੁਤ। ਮੈਨੂੰ ਬੁੱਕਸ ਪੜ੍ਹਨਾ, ਲਿਟਰੇਚਰ ਪੜ੍ਹਨਾ, ਸਭ ਤੋਂ ਵੱਧ ਮੈਂ ਇੱਥੇ ਆ ਕੇ ਆਪਣੇ ਇਤਿਹਾਸ ਨਾਲ ਜੁੜੀ ਹਾਂ। ਬਿਲਕੁਲ, ਆਪਣੇ ਇਤਿਹਾਸ ਬਾਰੇ ਮੈਨੂੰ ਇੱਥੇ ਆ ਕੇ ਜ਼ਿਆਦਾ ਪਹਿਚਾਣ ਹੋਈ ਹੈ। ਇੱਕ ਹੁੰਦਾ ਟੋਬੇ ਦਾ ਡੱਡੂ, ਆਪਣੇ ਘਰ 'ਚ ਆਪਣੇ ਸ਼ਹਿਰ 'ਚ ਰਹਿ ਕੇ ਮੈਂ ਉਹ ਸੀ, ਇੱਥੇ ਆ ਕੇ ਮੈਂ ਬਹੁਤ ਐਕਸਪਲੋਰੇਸ਼ਨ ਕੀਤੀ ਹੈ, ਇਸ ਕਾਲਜ ਨੇ ਦਿੱਤਾ ਹੈ ਇਹ ਚੀਜ਼। ਓਕੇ ਜੀ, ਅਤੇ ਜੇਕਰ ਗੱਲ ਕਰੀਏ ਇਸ 3 ਸਾਲਾਂ ਦੀ ਜਰਨੀ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਕੀ ਹੋਵੇਗਾ? ਉਹ ਔਖਾ ਹੈ, ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਔਖਾ ਹੈ, ਇਹ ਨਹੀਂ ਹੋ ਸਕਦਾ। ਚਲੋ ਕੋਈ ਗੱਲ, ਕਿਉਂਕਿ ਬਹੁਤ ਕੁਛ ਹੈ ਜੋ ਇੱਕ ਵਰਡ 'ਚ ਸਮੇਟਣਾ, ਮੈਨੂੰ ਨਹੀਂ ਲੱਗਦਾ ਮੈਂ ਉਸ ਹਜੇ ਲੈਵਲ 'ਤੇ ਪਹੁੰਚੀ ਹਾਂ ਜੀ, ਕਿਉਂਕਿ ਉਹ ਤਾਂ ਕੰਮ ਸ਼ਾਇਰਾਂ ਦਾ ਹੁੰਦਾ ਹੈ। ਹਾਂ, ਨਹੀਂ ਨਹੀਂ ਕੋਈ ਗੱਲ ਨਹੀਂ।
ਸੋ ਕਮਲ ਆਲ ਦੀ ਬੈਸਟ ਫਾਰ ਯੂਰ ਫਿਊਚਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਤੁਹਾਡਾ ਅਮਨਿੰਦਰ ਸਿੰਘ ਜੀ ਅਮਨਿੰਦਰ ਸਿੰਘ ਮਨਪ੍ਰੀਤ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਹੋ ਐਮ ਏ ਇੰਗਲਿਸ਼ ਮੈਂ ਤੁਸੀਂ ਮੈਂ ਬੀ ਏ ਫਾਈਨਲ ਜੀ ਬੀ ਏ ਫਾਈਨਲ ਈਅਰ ਦੇ ਤੇ ਫਾਈਨਲ ਈਅਰ ਦੇ ਹੋ ਕੇ ਕਿਵੇਂ ਦਾ ਲੱਗ ਰਿਹਾ ਕਿ ਆਪਣੇ ਜਿਹੜੇ ਤੁਹਾਡੇ 3 ਸਾਲ ਜਿਹੜੇ ਨੇ ਕਿਵੇਂ ਰਹੇ ਨੇ ਇਸ ਮਾਤਾ ਗੁਜਰੀ ਕਾਲਜ ਦੇ ਵਿੱਚ ਮੈਂ ਵੈਸੇ ਬੀ ਏ ਵੀ ਇੱਥੇ ਕੀਤੀ ਆ ਤੇ ਓਕੇ 5 ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਤਾਂ 5 ਸਾਲ ਹੋ ਗਏ ਤੇ ਪਹਿਲਾਂ ਤਾਂ ਕੁਛ ਖਾਸ ਜਿਹਾ ਲੱਗਿਆ ਨਹੀਂ ਸੀ ਜਦੋਂ ਐਮ ਏ 'ਚ ਐਡਮਿਸ਼ਨ ਕੀਤੀ ਆ ਅਤੇ ਫਿਰ ਬਹੁਤ ਕੁਛ ਪਤਾ ਲੱਗਿਆ ਕਾਲਜ ਬਾਰੇ ਵੀ ਅਤੇ ਜਿਹੜੀ ਐਮ ਏ ਦੀ ਜਿਹੜੀ ਸਟੱਡੀ ਆ ਉਹ ਤੋਂ ਬਹੁਤ ਕੁਛ ਪਤਾ ਲੱਗਿਆ ਵੀ ਬੀ ਏ ਦੇ ਵਿੱਚ ਤਾਂ ਚਲੋ ਘੱਟ ਆਏ ਸੀ ਅਤੇ ਹੁਣ ਐਮ ਏ ਇੰਗਲਿਸ਼ ਦੇ ਵਿੱਚ ਬਹੁਤ ਕੁਛ ਪਤਾ ਲੱਗਿਆ ਜੀ ਤੇ ਜੇ ਇਸ 3 ਸਾਲਾਂ ਦੇ 5 ਸਾਲਾਂ ਦੇ ਐਕਸਪੀਰੀਅੰਸ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਕੀ ਇੱਕ ਉਹ ਸਪੈਸ਼ਲ ਵਰਡ ਹੋਏਗਾ ਇਸ ਮਾਤਾ ਗੁਜਰੀ ਕਾਲਜ ਲਈ ਇੱਕ ਸ਼ਬਦ ਕਹਿਣਾ ਮੈਨੂੰ ਲੱਗਦਾ ਵੀ ਘੱਟ ਹੈ ਘੱਟ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਵੀ ਇੱਕ ਟਾਈਮ ਪੀਰੀਅਡ ਲਈ ਇੱਕ ਸ਼ਬਦ ਤਾਂ ਹੋਵੇ ਕੋਈ ਮੈਮੋਰੇਬਲ ਪੀਰੀਅਡ ਹੈ ਮੈਮੋਰੇਬਲ ਜਰਨੀ ਰਹੀ ਹੈ ਇਸ ਕਾਲਜ ਵਿੱਚ ਮੇਰੇ ਹਿਸਾਬ ਨਾਲ ਵੀ ਜਿਵੇਂ ਸਿੱਖਣ ਨੂੰ ਬਹੁਤ ਕੁਛ ਮਿਲ ਗਿਆ ਵੀ ਹੁਣ ਇਹ ਕਹਿਣਾ ਤਾਂ ਚਲੋ ਆਮ ਜੀ ਗੱਲ ਹੋ ਗਈ ਵੀ ਸਿੱਖਣ ਨੂੰ ਬਹੁਤ ਕੁਛ ਮਿਲ ਗਿਆ ਕਿਉਂਕਿ ਇੱਕ ਪੜ੍ਹਾਈ ਦੇ ਖੇਤਰ ਵਿੱਚ ਆਏ ਤਾਂ ਸਿੱਖਣ ਲਈ ਹੀ ਆਏ ਹਾਂਜੀ ਹਾਂਜੀ ਪਰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਕੁਛ ਪਤਾ ਲੱਗਿਆ ਹਾਂਜੀ 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 ਠੀਕ ਹੈ ਜੀ ਬਹੁਤ ਵਧੀਆ ਰਿਹਾ ਜੀ ਵੈਸੇ ਪਹਿਲਾਂ ਫਸਟ ਈਅਰ ਅਸੀਂ ਵਧੀਆ ਆਉਂਦੇ ਰਹੇ ਹਾਂ ਕਾਲਜ ਸੈਕਿੰਡ ਈਅਰ ਘੱਟ ਆਏ ਹਾਂ ਅਤੇ ਹੁਣ ਮਤਲਬ ਵੀ ਹੁਣ ਵਧੀਆ ਆਉਂਦੇ ਹਾਂ ਰੋਜ਼ ਮੰਗ ਹੈ ਨਾ ਅਤੇ ਜੇ ਕਹੀਏ 3 ਸਾਲ ਦੇ ਵਿੱਚ ਜ਼ਿਆਦਾ ਪੜ੍ਹਾਈ ਤੋਂ ਇਲਾਵਾ ਬਹੁਤ ਚੀਜ਼ਾਂ ਹੁੰਦੀਆਂ ਨੇ ਸਿੱਖਣ ਨੂੰ ਅਤੇ ਜੇ ਆਪਾਂ ਲਾਈਏ ਕਿਉਂਕਿ ਅਸੀਂ ਬੀ ਏ ਕਰਦੇ ਹਾਂ ਅਤੇ ਬੀ ਏ ਦੇ ਵਿੱਚ ਜ਼ਿਆਦਾਤਰ ਤਾਂ ਪੜ੍ਹਾਈ ਰਿਲੇਟਡ ਇੰਨਾ ਨਹੀਂ ਹੁੰਦਾ ਹੈਗਾ ਮੇਰੇ ਹਿਸਾਬ ਨਾਲ ਜ਼ਿਆਦਾ ਮਤਲਬ ਆਪਾਂ ਨੂੰ ਦੁਨੀਆਦਾਰੀ ਬਾਰੇ ਪਤਾ ਲੱਗਿਆ ਮੈਨੂੰ ਬਿਲਕੁਲ ਹਾਂਜੀ 3 ਸਾਲ ਦੇ ਵਿੱਚ ਮੈਨੂੰ ਬੈਠਣ ਉੱਠਣ ਬਾਰੇ ਜਾਂ ਮਤਲਬ ਗ੍ਰੀਟ ਕਰਨ ਬਾਰੇ ਜ਼ਿਆਦਾ ਨੌਲੇਜ ਮਿਲੀ ਆ ਕਿਉਂਕਿ ਸਭ ਹਰ ਇੱਕ ਸਟੂਡੈਂਟ ਦਾ ਇੱਕ ਹੁੰਦਾ ਕਿ ਐਕਸਪੀਰੀਅੰਸ ਕਰਨਾ ਚਾਹੁੰਦੇ ਹੁੰਦੇ ਨੇ ਕਾਲਜ ਲਾਈਫ ਨੂੰ ਤੇ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਮੇਰਾ ਸਫ਼ਰ ਐਜ਼ ਅ ਸਟੂਡੈਂਟ ਬਹੁਤ ਵਧੀਆ ਰਿਹਾ ਜੀ ਮੇਰੇ ਟੀਚਰਸ ਬਹੁਤ ਵਧੀਆ ਮਿਲੇ ਨੇ ਮੈਨੂੰ ਹੁਣ ਤੱਕ ਹੁਣ ਮੇਰੇ ਮੈਡਮ ਬੈਠੇ ਸੀ ਮੇਰੇ ਕੋਲ ਤੁਸੀਂ ਦੇਖਿਆ ਹੀ ਸੀਗਾ ਅਤੇ ਮਤਲਬ ਜੇ ਕਹੀਏ ਤਾਂ ਬੈਸਟ ਸੀਗਾ ਜੀ ਮੇਰੇ ਟੀਚਰਸ ਤੋਂ ਵੱਲੋਂ ਵੀ ਅਤੇ ਸਟਾਫ ਵੱਲੋਂ ਯਾਨੀ ਕਿ ਮੈਨੂੰ ਮੇਰਾ ਐਕਸਪੀਰੀਅੰਸ ਸਭ ਤੋਂ ਵਧੀਆ ਲੱਗਿਆ ਮੈਨੂੰ ਜੇਕਰ ਪੜ੍ਹਾਈ ਤੋਂ ਇਲਾਵਾ ਕਿਸੇ ਹੋਰ ਚੀਜ਼ 'ਚ ਦਿਲਚਸਪੀ ਹੋਵੇ ਤਾਂ ਉਹ ਕਿਸ ਵਿੱਚ ਰਹੀ ਹੈ ਪੜ੍ਹਾਈ ਤੋਂ ਜ਼ਿਆਦਾ ਤਾਂ ਜੀ ਦਿਲਚਸਪੀ ਰਹੀ ਆ ਲਾ ਲਓ ਵੀ ਬੁੱਕ ਰੀਡਿੰਗ 'ਚ ਜ਼ਿਆਦਾ ਰਹੀ ਆ ਕਿਉਂਕਿ ਆਹ ਪਿਛਲੇ 2 ਸਾਲ ਤੋਂ ਮੈਂ ਕਾਫੀ ਬੁੱਕਸ ਰੀਡ ਕਰੀਆਂ ਨੇ ਹਾਂਜੀ ਜੇ ਕਹਿੰਦੇ ਨੇ ਕਿ ਜੇ ਇੱਕ ਰੀਡਰ ਹੁੰਦਾ ਤੇ ਉਹ ਕਿਤੇ ਨਾ ਕਿਤੇ ਲਿਖਦਾ ਵੀ ਹੈ ਤੁਸੀਂ ਲਿਖਦੇ ਹੋ ਨਹੀਂ ਓਕੇ ਹਲੇ ਮਤਲਬ ਇੰਨਾ ਜ਼ਿਆਦਾ ਵੀ ਵੱਡੇ ਰੀਡਰ ਨਹੀਂ ਹੋਏ ਥੋੜਾ ਬਹੁਤ ਤੇ ਕੁਛ ਉਦਾਂ ਵੀ ਆ ਜੀ ਲਿਖਣ ਵਾਸਤੇ ਤੁਹਾਡੇ ਕੋਲ ਸ਼ਬਦਾਂ ਦਾ ਭੰਡਾਰ ਜਾਂ ਨੌਲੇਜ ਬਹੁਤ ਜ਼ਿਆਦਾ ਚਾਹੀਦੀ ਆ ਉਹਦੇ ਲਈ ਤੇ ਉੱਥੇ ਹਲੇ ਅਸੀਂ ਪਹੁੰਚੇ ਨਹੀਂ ਹੈਗੇ ਸਿੱਖ ਰਹੇ ਹਾਂ ਤੁਸੀਂ ਕਹਿ ਸਕਦੇ ਹੋ ਠੀਕ ਹੈ ਤੇ ਸੋ ਆਲ ਦੀ ਬੈਸਟ ਫੋਰ ਯੂਰ ਫਿਊਚਰ ਥੈਂਕ ਯੂ ਸੋ ਦੋਸਤੋ ਹੁਣ ਮੇਰੇ ਨਾਲ ਮੌਜੂਦ ਨੇ ਬੀ ਜੇ ਐਮ ਸੀ ਫਾਈਨਲ ਈਅਰ ਦੇ ਸਟੂਡੈਂਟ ਸੋ ਇਹਨਾਂ ਕੋਲੋਂ ਜਾਣਦੇ ਹਾਂ ਕਿ ਇਹਨਾਂ ਦਾ 3 ਸਾਲਾਂ ਦੀ ਜਰਨੀ ਇੱਥੇ ਕਿਵੇਂ ਦੀ ਰਹੀ ਸੋ ਕਿਵੇਂ ਦੀ ਰਹੀ ਤੁਹਾਡੀ ਇੱਥੇ ਜਰਨੀ ਲਗਭਗ ਸੇ ਜੇਕਰ ਗੱਲ ਕਰੀਏ ਤਾਂ ਇਸ 3 ਸਾਲਾਂ ਦੀ ਜਰਨੀ ਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਕੀ ਕਹੋਗੇ ਤੁਸੀਂ ਜੰਨਤ ਕਹਿ ਸਕਦੇ ਜੀ ਤੇ ਤੁਸੀਂ ਸੇਮ ਕੁਝ ਜੰਨਤ ਤੁਸੀਂ ਜੰਨਤ ਬੈਸਟ ਟਾਈਮ ਐਵਰ ਓਕੇ ਤੁਸੀਂ ਜੰਨਤ ਵਧੀਆ ਸੀ ਤੇ ਜੇ ਕੋਈ ਇੱਕ ਜਣਾ ਦੱਸਣਾ ਚਾਹੇ ਕਿ ਇੱਥੇ ਓਵਰਆਲ ਐਕਸਪੀਰੀਅੰਸ ਇਸ ਕਾਲਜ ਦਾ ਕਿਵੇਂ ਦਾ ਰਿਹਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਸੀ ਮੈਮਰੀਜ਼ ਬਹੁਤ ਸਾਰੇ ਲੈ ਕੇ ਜਾ ਰਹੇ ਹੈ ਮੇਰਾ ਫਾਈਨਲ ਈਅਰ ਹੈ ਕਿਉਂਕਿ ਮੈਂ ਦੇਖ ਰਹੀ ਹਾਂ ਇੱਥੇ ਤੁਸੀਂ ਸਾਰੇ ਦੋਸਤਾਂ ਮਿੱਤਰਾਂ ਨਾਲ ਖੜੇ ਹੋ ਤਾਂ ਖੂਬ ਇੰਜੋਏ ਕਰ ਰਹੇ ਹੋਵੋਗੇ ਜੀ
ਅਸੀਂ ਸਾਰੇ ਮਤਲਬ ਬਹੁਤ ਇੰਜੋਏ ਕਰਦੇ ਹਾਂ ਅਸੀਂ ਹਰ ਇੱਕ ਮੂਮੈਂਟ, ਮਤਲਬ ਇਕੱਠੇ ਅਸੀਂ ਇੱਕ ਦੂਜੇ ਦੀ ਬੇਇੱਜ਼ਤੀ ਵੀ ਬਥੇਰੇ ਕਰਦੇ ਹੈ ਨਾ, ਇੱਕ ਦੂਜੇ ਨੂੰ ਛੇੜਦੇ ਵੀ ਰਹਿੰਦੇ ਤੂੰ ਐਂ ਮਤਲਬ ਹੈ ਨਾ, ਫਿਰ ਕਹਿਣ ਕਿ ਬਈ ਤੇਰੀ ਇੱਜ਼ਤ ਹੈ ਤਾਂ ਕਰਕੇ ਤੇਰੀ ਬੇਇੱਜ਼ਤੀ, ਮਤਲਬ ਮੈਨੂੰ ਸਭ ਤੋਂ ਜ਼ਿਆਦਾ ਛੇੜਦੇ ਨੇ ਮੈਂ ਦੱਸਾਂ, ਮਤਲਬ ਬਹੁਤ ਜ਼ਿਆਦਾ ਤੰਗ ਕਰਦੇ ਮੈਨੂੰ ਹਰ ਕੋਈ, ਬਟ ਮਤਲਬ ਬਹੁਤ ਜ਼ਿਆਦਾ ਵਧੀਆ ਮੈਮਰੀਜ਼ ਹੈ। ਠੀਕ ਹੈ ਜੀ, ਤੁਸੀਂ ਦੱਸੋ ਕਿ ਜੇਕਰ ਗੱਲ ਕਰੀਏ ਤਾਂ ਇਸ ਕਾਲਜ ਦੀ ਬਾਕੀ ਕਾਲਜਿਸ ਨਾਲੋਂ ਇਸ ਕਾਲਜ ਵਿੱਚ ਕੀ ਹਟ ਕੇ ਲੱਗਿਆ ਤੁਹਾਨੂੰ? ਇਨਵਾਇਰਮੈਂਟ ਬਹੁਤ ਵਧੀਆ ਲੱਗਿਆ ਸਾਨੂੰ। ਓਕੇ, ਅਤੇ ਕਹਿੰਦੇ ਨੇ ਕਿ ਦੋਸਤਾਂ ਮਿੱਤਰਾਂ ਨਾਲ ਜੇ ਕਾਲਜ ਵਿੱਚ ਹੋਈਏ ਤਾਂ ਬਹੁਤ ਸੋਹਣਾ ਦਿਨ ਲੰਘ ਜਾਂਦਾ ਹੈ ਨਾ, ਅਤੇ ਹੁਣ ਮੈਨੂੰ ਲੱਗਦਾ ਆਪਾਂ 3 ਸਾਲ ਜਿਹੜੇ ਆ ਕੰਪਲੀਟ ਹੋ ਗਏ ਨੇ ਤੁਹਾਡੇ, ਅਤੇ ਇਹਨਾਂ 3 ਸਾਲਾਂ ਤੋਂ ਬਾਅਦ ਤੁਸੀਂ ਇਹਨਾਂ ਸਾਰਾ ਦੋਸਤਿਆਂ ਨੂੰ ਅਲੱਗ ਅਲੱਗ ਹੋ ਜਾਵਾਂਗੇ ਹੈ ਨਾ, ਫਿਰ ਉਹ ਕਿਵੇਂ ਦਾ ਲੱਗੇਗਾ ਤੁਹਾਨੂੰ? ਓਹੋ, ਤੁਸੀਂ ਕਿਹੋ ਜਿਹੀ ਗੱਲ ਛੇੜਤੀ! ਆਫਕੋਰਸ ਦੁੱਖ ਲੱਗੂਗਾ ਹੈ ਨਾ, ਮਤਲਬ ਕਿਉਂਕਿ ਇੱਕ ਬੌਂਡ ਬਣ ਗਿਆ ਹੁੰਦਾ ਹੈ ਹਰ ਜਗ੍ਹਾ ਤੇ, ਜਦ ਨਵੀਂ ਜਗ੍ਹਾ ਤੇ ਜਾਵਾਂਗੇ ਤਾਂ ਬਿਲਕੁਲ ਨਵਾਂ ਇਨਵਾਇਰਮੈਂਟ ਹੋਗਾ ਸਾਡੇ ਲਈ, ਨਵੇਂ ਮਿੱਤਰ ਹੋਣੇ, ਜਦ ਅਸੀਂ ਇਸ ਕਾਲਜ 'ਚ ਵੀ ਨਵੇਂ ਆਏ ਸੀਗੇ ਹੈ ਨਾ, ਮਤਲਬ ਬਿਲਕੁਲ ਨਵੇਂ ਸੀਗੇ ਸਾਡੇ ਲਈ, ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਨਾ ਵੀ ਬੜਾ ਧੀਰੇ ਧੀਰੇ ਸ਼ੁਰੂ ਕੀਤਾ ਸੀ ਹੈ ਨਾ, ਬਟ ਹੁਣ ਇਹ ਬੌਂਡ ਇੰਨਾ ਜ਼ਿਆਦਾ ਸਟਰੋਂਗ ਹੋ ਗਿਆ, ਮਤਲਬ ਅਸੀਂ ਇੱਕ ਦੂਜੇ ਨਾਲ ਇੰਨਾ ਮਤਲਬ ਬਹੁਤ ਪਿਆਰ ਨਾਲ ਰਹਿੰਦੇ ਹਾਂ ਹੈ ਨਾ, ਬਹੁਤ ਯਾਦ ਆਊਗੀ ਆਫਕੋਰਸ, ਪਤਾ ਨਹੀਂ ਕੰਟੈਕਟ 'ਚ ਰਹਾਂਗੇ ਕਿ ਨਹੀਂ, ਕਿਉਂਕਿ ਮੈਨੂੰ ਲੱਗਦਾ ਜਦ ਆਪਾਂ ਜਿਵੇਂ ਜਿਵੇਂ ਅੱਗੇ ਵੱਧਦੇ ਜਾਂਦੇ ਹਾਂ ਨਾ, ਲੋਕ ਪਿੱਛੇ ਛੁੱਟਦੇ ਜਾਂਦੇ, ਪਰ ਮੈਨੂੰ ਲੱਗਦਾ ਦੋਸਤੀ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜੋ ਕਦੇ ਛੁੱਟਣੀ ਨਹੀਂ ਚਾਹੀਦੀ, ਉਹ ਹਮੇਸ਼ਾ ਸਾਡੇ ਨਾਲ ਖੜੀ ਰਹਿੰਦੀ ਹੈ, ਅਤੇ ਮੈਨੂੰ ਲੱਗਦਾ ਸਾਡੇ ਦੋਸਤ ਹਮੇਸ਼ਾ ਸਾਡੇ ਨਾਲ ਰਹਿਣਗੇ, ਯਾਦ ਆਊਗੀ ਬਹੁਤ ਜ਼ਿਆਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਅਤੇ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਅੱਗੇ ਜਾ ਕੇ ਜਿੱਥੇ ਵੀ ਤੁਸੀਂ ਲੱਗੋ, ਅਤੇ ਉੱਥੇ ਵੀ ਆਪਣੀ ਜ਼ਿੰਦਗੀ ਨੂੰ ਮਾਨੋ। ਥੈਂਕ ਯੂ। ਸੋ ਅੱਜ ਅਸੀਂ ਬਹੁਤ ਸਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਕਾਲਜ ਦੇ ਤਜਰਬੇ ਸਾਂਝੇ ਕੀਤੇ ਅਤੇ ਆਪਣੇ ਆਪਣੇ ਵਿਚਾਰ ਰੱਖੇ। ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਮਾਤਾ ਗੁਜਰੀ ਕਾਲਜ ਦੇ ਯੂਟਿਊਬ ਚੈਨਲ ਨਾਲ ਜੁੜੇ ਰਹੋ। ਸੋ ਹੁਣ ਦਿਓ ਸਾਨੂੰ ਇਜਾਜ਼ਤ, ਧੰਨਵਾਦ।